ਇਟ ਇੰਪੋਰਟੈਂਟ ਨੇ ਆਬਜੈਕਟਿਵ ਟਾਈਪ ਕੁਐਸਚਨ ਹੈ ਤੇ ਫਰਸਟ ਕੁਐਸਚਨ ਹੈਗਾ ਟੂ ਯੂਜ਼ ਨੰਬਰ ਪੈਡ ਡੈਸ਼ ਸ਼ੁੱਡ ਬੀ ਕੈਪਟਨ ਹਮੇਸ਼ਾ ਨੰਮ ਲੋਕ ਜਿਹੜੀ ਕਿ ਔਨ ਹੋਣੀ ਚਾਹੀਦੀ ਹੈ ਜਦੋਂ ਵੀ ਆਪਾਂ ਜਿਹੜਾ ਕਿ ਕੋਈ ਵੀ ਨੰਬਰ ਪੈਡ ਨੂੰ ਯੂਜ਼ ਕਰਦੇ ਹਾਂ ਨੈਕਸਟ ਸੈਕੰਡ ਕੁਐਸਚਨ ਹੈਗਾ ਇਨ ਹੋਮ ਰੋ ਡੈਸ਼ ਕੀਪ ਇਜ਼ ਪ੍ਰੈਸਡ ਵਿਦ ਲਿਟਲ ਫਿੰਗਰ ਆਫ ਲੈਫਟ ਹੈਂਡ ਜਦੋਂ ਆਪਾਂ ਜਿਹੜੀ ਲੈਫਟ ਹੈਂਡ ਦੀ ਲਿਟਲ ਫਿੰਗਰ ਹੈ ਜਿਹੜੀ ਕਿਸ ਰੱਖਦੇ ਆਂ ਜਿਹੜੀ ਹੈ ਏ ਐਸ ਡੀ ਐਫ ਹੁੰਦੀ ਹੈ ਤਾਂ স্মੋਲ ਫਿੰਗਰ ਜਿਹੜੀ ਕਿ ਸਾਡੇ ਕਿਤੇ ਹੁੰਦੀ ਹੈ ਏ ਤੇ ਤਾਂ ਇਸ ਦੀ ਰਾਈਟ ਆਪਸ਼ਨ ਕੀ ਆਊਗੀ ਏ ਇਨ ਹੋਮ ਰੋ ਡੈਸ਼ ਕੀ ਇਸ ਪ੍ਰੈਸਡ ਵਿਦ ਮਿਡਲ ਫਿੰਗਰ ਆਫ ਰਾਈਟ ਹੈਂਡ ਹੁਣ ਰਾਈਟ ਹੈਂਡ ਦੀ ਮਿਡਲ ਫਿੰਗਰ ਕਿਹੜੀ ਹੋਗੀ ਜਿਹੜੀ ਸਭ ਤੋਂ ਮਰਲੀ ਹੈ ਜੇ ਤੇ ਹੋਗੀ ਫਿਰ ਕਿਹੜੀ ਮਿਡਲ ਫਿੰਗਰ ਹੋਗੀ ਕੇ ਤਾਂ ਇਸ ਦੀ ਜਿਹੜੀ ਰਾਈਟ ਆਪਸ਼ਨ ਹੈਗੀ ਉਹ ਕੀ ਹੈ ਕੇ ਤਾਂ ਆਪਾਂ ਕਿਸ ਤੇ ਟਿਕ ਲਗਾਵਾਂਗੇ ਪੇਪਰ ਦੇ ਵਿੱਚ ਜੇਕਰ ਇਹ ਕੁਐਸਚਨ ਆਂਦਾ ਹੈ ਕੇ ਉੱਤੇ ਤਾਂ ਤੁਸੀਂ ਕੇ ਦੇ ਉੱਤੇ ਹੀ ਟਿਕ ਲਗਾ ਕੇ ਆਣੀ ਹੈ ਨੈਕਸਟ ਹੈਗਾ ਇਨ 3rd ਰੋ ਡੈਸ਼ ਕੀਜ਼ ਪ੍ਰੈਸਡ ਵਿਦ ਇੰਡੈਕਸ ਫਿੰਗਰ ਆਫ ਰਾਈਟ ਹੈਂਡ ਤੇ ਇੰਡੈਕਸ ਫਿੰਗਰ ਆਫ ਰਾਈਟ ਹੈਂਡ ਦੇ ਨਾਲ ਕਿਹੜੀ ਫਿੰਗਰ ਪ੍ਰੈਸ ਹੋਊਗੀ ਕੀ ਐਨ ਨੈਕਸਟ ਦੇਖਦੇ ਆਂ ਬੱਚਿਓ ਨੈਕਸਟ 4th ਹੈਗਾ ਡੈਸ਼ ਕਮਾਂਡ ਇਜ਼ ਯੂਜ਼ ਟੂ ਮੂਵ ਐਨ ਆਈਟਮ ਫਰੋਮ ਇਟਸ ਪਲੇਸ ਇੱਕ ਆਈਟਮ ਨੂੰ ਉਸੇ ਦੀ ਜਗ੍ਹਾ ਤੋਂ ਚੱਕ ਕੇ ਦੂਸਰੀ ਜਗ੍ਹਾ ਜਦੋਂ ਆਪਾਂ ਲਾਂਦੇ ਆ ਇਹ ਡੈਸ਼ ਆਪਸ਼ਨ ਦੇ ਕਿਸੇ ਆਈਟਮ ਨੂੰ ਉਸ ਦੀ ਥਾਂ ਤੋਂ ਮੂਵ ਕਰਨ ਲਈ ਵਰਤੇ ਜਾਂਦਾ ਹੈ ਵੈਸੇ ਤਾਂ ਕਾਪੀ ਕਰਕੇ ਆਪਾਂ ਜਿਹੜੀ ਹੈ ਵੈਸੇ ਪੇਸਟ ਕਰਕੇ ਆਪਾਂ ਕਰ ਦਿੰਨੇ ਆ ਬੱਚਿਓ ਪਰ ਕਾਪੀ ਨਾਲ ਆਪਾਂ ਕਾਪੀ ਕਰਦੇ ਆ ਤਾਂ ਪੇਸਟ ਜਿਹੜੀ ਕਿਸ ਦੀ ਆਪਸ਼ਨ ਤੁਸੀਂ ਲਗਾ ਕੇ ਆਏ ਅਗੇ ਆ ਗਿਆ ਆ ਡੈਸ਼ ਇਜ਼ ਅ ਕੰਬੀਨੇਸ਼ਨ ਆਫ ਪਿਕਚਰ ਕਲਰ ਸਾਊਂਡਸ অর ਆਵਰ ਆਵਰ ਕੰਪਿਊਟਰ ਜਿਹਦੇ ਵਿੱਚ ਇਹ ਸਭ ਕੁਝ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ ਥੀਮ ਤਾਂ ਇਸ ਦੀ ਰਾਈਟ ਆਪਸ਼ਨ ਕਿਹੜੀ ਲਗਾ ਕੇ ਆਣੀ ਹੈ ਤੁਸੀਂ ਪੇਪਰ ਦੇ ਵਿੱਚ ਥੀਮ ਠੀਕ ਹੈ ਨੈਕਸਟ ਦੇਖਦੇ ਹਾਂ ਹੁਣ ਨੈਕਸਟ ਹੈਗਾ ਹੈ ਇੱਕ ਡੈਸ਼ ਸੌਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕੰਪਿਊਟਰ ਦੇ ਕੁਝ ਖਾਸ ਸਮੇਂ ਦੌਰਾਨ ਨਾ ਵਰਤਣ ਦੀ ਹਾਲਤ ਵਿੱਚ ਆਪਣੇ ਆਪ ਚੱਲ ਪੈਂਦਾ ਹੈ ਤਾਂ ਉਹ ਕਿਹੜਾ ਹੁੰਦਾ ਜਦੋਂ ਆਪਾਂ ਸਕਰੀਨ ਸੇਵਰ ਲਗਾਉਂਦੇ ਆ ਤਾਂ ਉਦੋਂ ਇਹ ਸਭ ਕੁਝ ਹੁੰਦਾ ਹੈ ਤਾਂ ਇਸ ਦਾ ਆਪਸ਼ਨ ਦਾ ਅਨਸਰ ਹੈਗਾ ਸਕਰੀਨ ਸੇਵਰ ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ ਜਿਸ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਰੂਲਰ ਦੇ نیچے ਜਿਹੜਾ ਇੱਕ ਟੈਕਸਟ ਏਰੀਆ ਹੁੰਦਾ ਹੈ ਜਿਸ ਨੂੰ ਆਪਾਂ ਬਿਲੋ ਲਾਰਜ ਏਰੀਆ ਵੀ ਕਿਹਾ ਜਾਂਦਾ ਹੈ ਨੈਕਸਟ ਦੇਖਦੇ ਹਾਂ ਹੁਣ ਥ� ਫੀਲਾ ਪੈ ਗਿਆ देयर आर ਟੂ ਸਕਰੋਲ ਬਾਰ ਹੁੰਦੀਆਂ ਇੱਕ ਵਰਡ ਡਾਕੂਮੈਂਟ ਦੇ ਉਹਨਾਂ ਨੂੰ ਡੈਸ਼ ਤੇ ਡੈਸ਼ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਰੀਜ਼ੋਂਟਲ ਤੇ ਵਰਟੀਕਲ ਠੀਕ ਹੈ ਨੈਕਸਟ ਹੈਗਾ ਡੈਸ਼ অপਸ਼ਨ ਦੀ ਵਰਤੋਂ ਕਰਕੇ ਟੈਕਸਟ ਵਿੱਚ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਜਾਂਦਾ ਹੈ ਟੈਕਸਟ ਹਾਈਲਾਈਟਰ ਨਾਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਮਾਰਕ ਕਰ ਸਕਦੇ ਹਾਂ ਅਗਲਾ ਨੈਕਸਟ ਦੇਖਦੇ ਹਾਂ ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ਡੈਸ਼ ਕਲਿੱਕ ਕਰੋ ਜਦੋਂ ਵੀ ਆਪਾਂ ਕੋਈ ਚੀਜ਼ ਸਿਲੈਕਟ ਕਰਨੀ ਹੈ ਆਪਾਂ ਉਸ ਦੇ ਉੱਤੇ ਇੱਕ ਵਾਰ ਕੀ ਕਲਿੱਕ ਕਰਦੇ ਹਾਂ ਤਾਂ ਆਪਾਂ ਹੋਗੇ ਸਿੰਗਲ ਨੈਕਸਟ ਤੁਹਾਡੀਆਂ ਖਾਲੀ ਥਾਵਾਂ ਸਟਾਰਟ ਹੋ ਜਾਂਦੀਆਂ ਨੇ ਖਾਲੀ ਥਾਵਾਂ ਵਿੱਚ ਹੈਗੇ ਆ ਦੀ ਟਿਕ ਟੈਕਨਿਕ ਫॉर ਟਾਈਪਿੰਗ ਵਿਦ 올 ਫਿੰਗਰ ਵਿਦਾਊਟ ਲੁਕਿੰਗ ਐਟ ਕੀਬੋਰਡ ਉਹਨੂੰ ਕੀ ਕਹਿੰਦੇ ਆ ਟੱਚ ਟਾਈਪਿੰਗ ਤਾਂ ਤੁਸੀਂ ਪੇਪਰ ਦੇ ਵਿੱਚ ਇਹ ਲਿਖ ਕੇ ਆਣਾ ਹੈ ਟੱਚ ਟਾਈਪਿੰਗ ਅਗਰ ਡੈਸ਼ ਵਿੰਡੋ ਐਪਲੀਕੇਸ਼ਨ ਇਜ਼ ਯੂਜ਼ਡ ਫॉर ਮੈਨੇਜਿੰਗ ਫਾਈਲ ਮੈਨੇਜਿੰਗ ਫਾਈਲ ਕਿਹੜੇ ਮਤਲਬ ਜਿਹੜੀ ਕਿ ਮੈਨੇਜਿੰਗ ਤਾਂ ਆਊਗਾ ਇਹਦਾ ਫਾਈਲ ਮੈਨੇਜਮੈਂਟ ਤਾਂ ਇਸਦਾ ਆਨਸਰ ਕੀ ਲਿਖ ਕੇ ਆਣਾ ਹੈ ਫਾਈਲ ਮੈਨੇਜਮੈਂਟ ਅਗੇ ਆ ਫੋਲਡਰ ਇਨਸਾਈਡ ਅਨਦਰ ਫੋਲਡਰ ਇਸ ਕਾਲਡ ਇੱਕ ਫੋਲਡਰ ਦੇ ਅੰਦਰ ਦੂਜੇ ਹੁੰਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ ਫਾਈਲ ਫੋਲਡਰ ਜਾਂ ਤੁਸੀਂ ਇਸ ਦਾ ਲਿਖ ਕੇ ਆਓ ਸਬ ਫੋਲਡਰ ਵੈਸੇ ਤੁਸੀਂ ਇਸ ਦਾ ਸਬ ਫੋਲਡਰ ਲਿਖ ਕੇ ਆਣਾ ਹੈ ਸਬ ਫੋਲਡਰ ਠੀਕ ਹੈ ਟੂ ਓਪਨ ਅ ਨਿਊ ਡਾਕੂਮੈਂਟ ਪ੍ਰੈਸ ਡੈਸ਼ ਕੀ ਔਨ ਦੀ ਕੀਬੋਰਡ ਤੇ ਆਪਾਂ ਨਿਊ ਓਪਨ ਕਰਨਾ ਹੈ ਨਿਊ ਡਾਕੂਮੈਂਟ ਤਾਂ ਆਪਾਂ ਨੂੰ ਕੀ ਪ੍ਰੈਸ ਕਰਨਾ ਪੈਂਦਾ ਹੈ ਕੰਟਰੋਲ ਓ ਠੀਕ ਹੈ ਅੱਗੇ ਨੈਕਸਟ ਹੈਗਾ ਜਾਂ ਐਨ ਵੀ ਕਰ ਸਕਦੇ ਆ ਤਾਂ ਨਿਊ ਜਿਹੜਾ ਡਾਕੂਮੈਂਟ ਓਪਨ ਹੋ ਜਾਊਗਾ ਡੈਸ਼ ਆਪਸ਼ਨ ਇਜ਼ ਪ੍ਰੈਜ਼ੈਂਟ ਐਟ ਬਾਟਮ ਰਾਈਟ অর ਕਾਰਨਰ ਆਫ ਐਵਰੀ ਗਰੁੱਪ ਤਾਂ ਜਿਹੜੀ ਕਿ ਹੁੰਦਾ ਹੈ ਡਾਇਲੌਗ ਬਾਕਸ ਜਿਹੜਾ ਕਿ ਹੁੰਦਾ ਹੈ ਡਾਇਲੌਗ ਬਾਕਸ ਨੈਕਸਟ ਟਾਪ ਮੋਸਟ ਬਾਰ ਆਫ ਵਰਡ ਵਿੰਡੋ ਇਜ਼ ਕਾਲਡ ਟਾਪ ਮੋਸਟ ਬਾਰ ਜਿਹੜੀ ਹੁੰਦੀ ਹੈ ਵਰਲਡ ਵਿੰਡੋ ਦੀ ਉਹਨੂੰ ਆਪਾਂ ਕੀ ਕਹਿੰਦੇ ਆ ਟਾਈਟਲ ਬਾਰ ਤਾਂ ਇਸ ਦਾ ਆਨਸਰ ਕੀ ਆਊਗਾ ਟਾਈਟਲ ਬਾਰ دی ਡੈਸ਼ ਗਰੁੱਪ ਆਫ ਹੋਮ ਟੈਬ ਅਲਾਉਸ ਅਸ ਟੂ ਚੇਂਜ आवर ਟੈਕਸਟ ਫੌਂਟ ਸਾਈਜ਼ ਕਲਰ ਐਂਡ ਮੈਨੀ ਅਦਰ ਐਲੀਮੈਂਟ ਕਿਹੜਾ ਗਰੁੱਪ ਹੈ ਜਿਹੜਾ ਕਿ ਸਾਨੂੰ ਅਲਾਉ ਕਰਦਾ ਹੈ ਤਾਂ ਇੱਥੇ ਕੀ ਲਿਖਿਆਵਾਂਗੇ ਫੌਂਟ ਡੈਸ਼ ਮੀਨਸ ਡਰਾ ਹਾਰੀਜ਼ੋਂਟਲ ਲਾਈਨ ਅੰਡਰਨੈਥ ਦੀ ਲੈਟਰ ਤਾਂ ਇੱਥੇ ਕਿਹੜਾ ਹੈ ਅੰਡਰਲਾਈਨ ਵਾਲਾ ਆਪਸ਼ਨ ਠੀਕ ਹੈ ਨੈਕਸਟ ਦੇਖਦੇ ਹਾਂ ਅੱਗੇ ਹੈਗਾ ਟਾਈਪ ਫੋਰ ਟਾਈਪਿੰਗ ਪਰਪਸ ਆ ਕੀਬੋਰਡ ਕੈਨ ਬੀ ਡਿਵਾਈਡਡ ਇਨ ਹਾਊ ਮੈਨੀ ਪਾਰਟਸ ਕਹਿੰਦੇ ਇੱਕ ਟਾਈਪਿੰਗ ਕਰਨ ਦੇ ਲਈ ਕੋਈ ਕੀਬੋਰਡ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਤੁਹਾਨੂੰ ਪਤਾ ਤਿੰਨ ਲੇਅਰਸ ਜਿਹੜੀਆਂ ਕੀ ਹੁੰਦੀਆਂ ਹੁੰਦੀਆਂ ਅੱਗੇ ਰਾਈਟ ਦੀ ਨੇਮ ਆਫ ਐਨੀ ਡਿਫਾਲਟ ਲਾਇਬ੍ਰੇਰੀ ਵਿੰਡੋ ਤਾਂ ਡਿਫਾਲਟ ਲਾਇਬ੍ਰੇਰੀ ਵਿੰਡੋ ਕਿਹੜੀ ਉਹ ਪਿਕਚਰਸ ਠੀਕ ਹੈ ਫੌਂਟ ਉਹ ਸਾਰਾ ਤੁਸੀਂ ਲੇਅਰ ਵਟ ਇਜ਼ ਦੀ ਸ਼ਾਰਟਕਟ ਕੀ ਟੂ ਸੇਵ ਕੰਟਰੋਲ ਐਸ ਅੱਗੇ ਵਟ ਇਜ਼ ਸ਼ਾਰਟਕਟ ਕੀ ਟੂ ਕੱਟ ਕੰਟਰੋਲ ਐਕਸ ਠੀਕ ਹੈ ਨੈਕਸਟ ਹੈਗਾ ਰਾਈਟ ਦੀ ਸ਼ਾਰਟਕਟ ਕੀ ਉਹ ਸੈਂਟਰ ਅਲਾਈਨਮੈਂਟ ਸੈਂਟਰ ਅਲਾਈਨਮੈਂਟ ਦੀ ਹੈਗਾ ਕੰਟਰੋਲ ਕੀ ਉਹ ਠੀਕ ਹੈ ਨੈਕਸਟ ਦੇਖਦੇ ਹਾਂ ਭਾਗ ਐਡਾ ਹੈਗਾ ਸ਼ਾਰਟ ਅਨਸਰ ਟਾਈਪ ਕੁਸ਼ਨ ਲਿਖਦੇ ਆ ਵਟ ਇਜ਼ ਟੱਚ ਟਾਈਪਿੰਗ ਟੱਚ ਟਾਈਪਿੰਗ ਹੁੰਦਾ ਹੈ ਵਿਦਾਊਟ ਲੂਕਿੰਗ ਕੀਬੋਰਡ ਜਿਹੜੀ ਕਿ ਆਪਾਂ ਟਾਈਪਿੰਗ ਕਰਦੇ ਹਾਊ ਮੈਨੀ ਪੈਨਲਸ ਆਰ ਅਵੇਲੇਬਲ ਇਨ ਵਿੰਡੋ ਐਕਸਪਲੋਰਰ ਰਾਈਟ देयर ਨੇਮਸ ਉਹਨਾਂ ਦੇ ਨੇਮ ਵੀ ਲਿਖਣੇ ਆ ਡਿਫਾਈਨ ਕਰਨਾ ਹੈ ਫਾਈਲ ਕੀ ਹੈ ਤੇ ਫੋਲਡਰ ਕੀ ਹੈ ਅੱਗੇ ਹੈਗਾ ਵਟ ਇਜ਼ ਵਰਡ ਪ੍ਰੋਸੈਸਰ ਨੈਕਸਟ ਹੈਗਾ ਰਾਈਟ ਦੀ ਨੇਮ ਆਫ ਡਿਫਰੈਂਟ ਪਾਰਟ ਆਫ MS WORD ਠੀਕ ਹੈ ਫਿਰ ਇਹ ਵਾਲੇ ਜਿਹੜੇ ਕਿ ਕੁਐਸਚਨ ਤੁਹਾਡੇ ਇੰਪੋਰਟੈਂਟ ਨੇ ਸ਼ਾਰਟ ਸੋ ਕੁਐਸਚਨ ਹੈਗਾ ਰਾਈਟ ਅਬਾਊਟ ਅਨਡੂ ਕਮਾਂਡ ਬਾਰੇ ਤੁਸੀਂ ਲਿਖਣਾ ਹੈ ਹਾਊ many ਚੇਂजेस ਕੇਸ ਆਪਸ਼ਨ ਆਰ ਅਵੇਲੇਬਲ ਇਨ MS WORD ਰਾਈਟ देयर ਨੇਮਸ ਅੱਗੇ ਭਾਗ A ਦੇ ਹੈਗੇ ਵੱਡੇ ਉੱਤਰਾਂ ਵਾਲੇ ਕੁਐਸਚਨ ਲਿਖਣੇ ਆ ਐਕਸਪਲੇਨ ਦੀ ਪ੍ਰੋਪਰ ਪੋਸਚਰ ਵਾਈਲ ਟਾਈਪਿੰਗ ਪੋਸਚਰ ਦੱਸਣਾ ਹੈ ਜਦੋਂ ਟਾਈਪਿੰਗ ਕਰਦੇ ਹੈ ਰਾਈਟ ਅਬਾਊਟ ਸਕਰੀਨ ਸੇਵਰ ਕੀ ਹੁੰਦਾ ਵਟ ਇਜ਼ ਦੀ ਦੀ ਵਿੰਡੋ ਐਕਸਪਲੋਰਰ ਕੀ ਹੁੰਦਾ ਡਿਫਰੈਂਟ ਵੇ ਟੂ ਓਪਨ ਵਿੰਡੋ ਐਕਸਪਲੋਰਰ ਤੇ ਐਕਸਪਲੇਨ ਕਰਨੇ ਆ ਐਂਟਰ ਬੈਕਸਪੇਸ ਤੇ ਸ਼ਿਫਟ ਕੀ ਤੇ ਇਹਨਾਂ ਬਾਰੇ ਦੱਸਣਾ ਠੀਕ ਹੈ ਇਹ ਤੁਹਾਡਾ ਕੰਪਿਊਟਰ ਦਾ ਪੇਪਰ ਸੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਹੋਈ ਕਮੈਂਟ ਕਰਕੇ ਜਰੂਰ ਦੱਸਿਓ